ਇਸ ਸੰਸਥਾ ਅਤੇ ਇਸ ਦੇ ਸੇਵਾਦਾਰਾਂ ਨੂੰ ਸਦਾ ਹੀ ਉਸ ਪਾਵਨ ਸਥਾਨ ਵੱਲ ਬਖਸ਼ਿਸ਼ ਦੀ ਆਸ ਰਹਿੰਦੀ ਹੈ, ਕਿਉਂਕਿ ਪਰਮ ਸਤਿਕਾਰਯੋਗ ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਜੀ ਨੇ ਜਿੱਥੇ ਸਾਰੀ ਉਮਰ ਗੁਰਬਾਣੀ ਕੀਰਤਨ ਅਤੇ ਗੁਰਮਤ ਦਾ ਪ੍ਰਚਾਰ ਕੀਤਾ, ਜਦੋਂ ਮਾਨਵਤਾ ਦੀ ਸੇਵਾ ਦੇ ਲਈ ਕਾਰਜ ਆਰੰਭ ਕਰਨਾ ਸੀ, ਉਸ ਦਾ ਨਾਮ ਵੀ ਉਹਨਾਂ ਨੇ ਬਾਲਾ ਪ੍ਰੀਤਮ ਦੇ ਨਾਮ 'ਤੇ ਰੱਖਿਆ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹੋਸਪਿਟਲ ਟਰੱਸਟ, ਛੋਟੀ ਜਿਹੀ ਡਿਸਪੈਂਸਰੀ ਇੱਥੇ ਗੁਰਦੁਆਰਾ ਸਾਹਿਬ ਵਿੱਚ ਹੀ ਸ਼ੁਰੂ ਕੀਤੀ ਸੀ। ਇੱਕ ਕਮਰਾ ਹੁੰਦਾ ਸੀ, ਪਾਰਟੀਸ਼ਨ ਕਰਕੇ ਦੋ ਹਿੱਸੇ ਕੀਤੇ ਸੀ, ਇੱਕ 'ਚ ਮੈਡੀਸਿਨ ਦਾ ਡਾਕਟਰ ਬੈਠਦਾ ਸੀ, ਇੱਕ 'ਚ ਹੋਮਿਓਪੈਥੀ ਦਾ। ਦਰਗਾਹੀ ਖੇਡਾਂ ਵਰਤੀਆਂ, ਬਾਣੀ ਦੇ ਪ੍ਰਤਾਪ ਦੇ ਨਾਲ ਸੇਵਾ ਵੱਡੀ ਹੁੰਦੀ ਗਈ। ਅੱਜ 800 ਬੰਦਾ ਕੁਆਲੀਫਾਈਡ ਇੱਥੇ ਕੰਮ ਕਰਦਾ ਹੈ, ਸੁਪਰ ਸਪੈਸ਼ਲਿਟੀ ਹੋਸਪਿਟਲ ਹੈ, 4 ਹੋਰ ਬ੍ਰਾਂਚਾਂ ਅਲੱਗ ਅਲੱਗ ਸ਼ਹਿਰਾਂ ਵਿੱਚ ਸੇਵਾ ਕਰ ਰਹੀਆਂ ਨੇ। ਉੱਤਰੀ ਭਾਰਤ ਦਾ ਪਹਿਲਾ NABH ਸਰਟੀਫਾਈਡ ਹੋਸਪਿਟਲ, ਚੈਰੀਟੇਬਲ ਹੋਸਪਿਟਲ ਆਪ ਜੀ ਦਾ ਇਹ ਹਸਪਤਾਲ ਹੈ। ਇਹ ਬਖਸ਼ਿਸ਼ਾਂ, ਇਹ ਰਹਿਮਤਾਂ, ਇਹ ਸੇਵਾਵਾਂ ਬਾਲਾ ਪ੍ਰੀਤਮ ਦੀਆਂ ਅਸੀਸਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਚੱਲ ਰਹੀਆਂ ਨੇ। ਅੱਗੋਂ ਵੀ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣਾ, ਉਸ ਮਹਾਨ ਪਵਿੱਤਰ ਪਾਵਨ ਅਸਥਾਨ ਤੋਂ ਰਹਿਮਤਾਂ ਅਤੇ ਅਸੀਸਾਂ ਸਾਨੂੰ ਸਾਰਿਆਂ ਨੂੰ ਦਿੰਦੇ ਰਹਿਣਾ, ਤਾਂ ਜੋ ਅਸੀਂ ਆਪਣੇ ਵੱਡਿਆਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਸਕੀਏ। ਗੁਰੂ ਆਪ ਜਾਣੀ ਜਾਣਨੇ, ਗੁਰਮੁਖ ਪਿਆਰੇ ਆਪ ਜਾਣਦੇ ਨੇ। ਮੇਰੇ ਵੀਰ ਕਹਿਣ ਨੂੰ ਚਿੱਤ ਕਰਦਾ ਹੈ, ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਸਾਹਿਬਜ਼ਾਦਿਆਂ ਦੀ ਉਸ ਮਹਾਨ ਪਵਿੱਤਰ ਧਰਤੀ, ਹਰੇਕ ਸਿੱਖ ਦਾ ਹਿਰਦਾ ਜਿੱਥੇ ਜਾ ਕੇ ਪਿਆਰ ਅਤੇ ਸ਼ਰਧਾ ਵਿੱਚ ਭਰ ਜਾਂਦਾ, ਉਹ ਆਪ ਸਭ ਸੰਗਤਾਂ ਦੇ ਸਨਮੁੱਖ ਹੋਣਗੇ। ਆਓ ਜੈਕਾਰੇ ਦੀ ਗੂੰਜ ਦੁਆਰਾ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ, ਵਾਹਿਗੁਰੂ। ਪਰੇ ਉਪਕਾਰੀ ਆਏ ਜਨ, ਪਰੇ ਉਪਕਾਰੀ ਆਏ, ਪਰੇ ਉਪਕਾਰੀ ਪਰੇ ਉਪਕਾਰੀ ਆਏ ਜਨ, ਪਰੇ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ ਜਨ, ਪਰ ਉਪਕਾਰੀ ਆਏ। ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਆਸ਼ਰਮ ਸੋਹਾਣਾ ਵਿੱਚ ਜੁੜਿਆ ਸੰਗਤ ਦਾ ਇਹ ਇਕੱਠ ਮੈਂ ਮਹਿਸੂਸ ਕਰਦਾ ਕਿ ਇਹ ਸਧਾਰਨ ਇਕੱਠ ਨਹੀਂ ਹੈ। ਬਹੁਤ ਸਾਰੇ ਥਾਵਾਂ 'ਤੇ ਜਾਈਦਾ, ਪਿੰਡਾਂ 'ਚ ਜਾਈਦਾ, ਬਹੁਤ ਕੁਝ ਉਪਦੇਸ਼ ਰੂਪ ਵਿੱਚ ਕਹਿਣ ਦਾ ਯਤਨ ਕੀਤਾ ਜਾਂਦਾ ਵੀ ਸਿੱਖੀ ਦਾ ਸੁਨੇਹਾ, ਗੁਰੂ ਸਾਹਿਬ ਦਾ ਉਪਦੇਸ਼ ਨੌਜਵਾਨਾਂ ਤੱਕ, ਬਾਲਾਂ ਤੱਕ, ਮਾਵਾਂ ਧੀਆਂ ਭੈਣਾਂ ਤੱਕ ਪਹੁੰਚਾਇਆ ਜਾਵੇ।
ਗੁਰੂ ਦੀ ਹਜ਼ੂਰੀ ਅੰਦਰ ਇਹ ਮੈਂ ਬੇਨਤੀ ਕਰਦਾ, ਇੱਥੇ ਆ ਕੇ ਉਪਦੇਸ਼ ਰੂਪ ਵਿੱਚ ਨਹੀਂ ਕਿਹਾ ਜਾ ਸਕਦਾ, ਇੱਥੇ ਆ ਕੇ ਜਾਚਕ ਰੂਪ ਵਿੱਚ ਹੀ ਕਿਹਾ ਜਾ ਸਕਦਾ, ਕੁਝ ਮੰਗਿਆ ਜਾ ਸਕੇ। ਚੰਦਨ ਦੀ ਮਹਿਕ ਨਿਗੂਣਿਆਂ ਦੇ ਅੰਦਰ ਵੀ ਮਹਿਕ ਪੈਦਾ ਕਰ ਦਿੰਦੀ ਹੈ, ਗੁਣ ਪੈਦਾ ਕਰ ਦਿੰਦੀ ਹੈ। ਨਿਗੂਣੀ ਲੱਕੜ, ਉਹਦੇ ਵਿੱਚੋਂ ਵੀ ਸੁਗੰਧ ਆਉਣ ਲੱਗ ਪੈਂਦੀ ਹੈ। ਗੁਰਮੁਖਾਂ ਦਾ ਜੀਵਨ ਚੰਦਨ ਦੀ ਨਿਆਈ ਹੈ। ਉਹਨਾਂ ਦੀ ਚਰਚਾ, ਉਹਨਾਂ ਬਾਰੇ ਸੁਣਨਾ ਰੰਗ ਚਾੜ ਦਿੰਦਾ ਸਾਧ ਸੰਗਤ। ਇਹ ਸ਼ਬਦ ਬੜੀ ਵਾਰ ਆਪ ਜੀ ਸੁਣਦੇ ਹੋ, ਇਹ ਬਿੱਧ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ। ਸੁਣ ਕੇ ਬਾਬਾ ਨਾਮਦੇਵ ਜੀ ਬਾਰੇ ਸੁਣਿਆ, ਕਬੀਰ ਸਾਹਿਬ ਬਾਰੇ ਸੁਣਿਆ, ਬਾਬਾ ਰਵਿਦਾਸ ਜੀ ਬਾਰੇ ਸੁਣਿਆ, ਸੈਨ ਜੀ ਬਾਰੇ ਸੁਣਿਆ, ਅਤੇ ਸੁਣ ਸੁਣ ਕੇ ਬੜੀ ਕਮਾਲ ਦੀ ਕਲਾ ਜਾਗਦੀ ਹੈ। ਜਿਹੜੇ ਆਪਾਂ ਸਾਰੇ ਬੈਠੇ ਹਨ, ਇਹ ਕੋਈ ਬਰਸੀ ਸਮਾਗਮ ਨਹੀਂ ਹੈ, ਜਿੱਦਾਂ ਲੋਕਾਂ ਦੇ ਵੱਡੇ ਵੱਡੇ ਬੋਰਡ ਪੜ੍ਹਦੇ ਹੋ ਵੀ ਬਾਬੇ ਦੀ ਬਰਸੀ ਮਨਾਈ ਜਾਣੀ। ਇਹਦੇ ਯਾਦ ਦੀ ਰੁਮਕ ਛੇੜਨ ਵਾਲਾ ਸਮਾਗਮ ਹੈ ਵੀ ਅੰਦਰ ਛਿੜੀ ਰਵੇ ਤਾਰ, ਛਿੜੀ ਰਵੇ ਚੇਤੇ ਦੇ ਅੰਦਰ, ਇੱਕ ਸਾਜ਼ ਵੱਜਦਾ ਰਵੇ ਅਤੇ ਉਹ ਮਿੱਠਾ ਜਿਹਾ ਸਾਜ਼ ਸਾਡੀ ਜ਼ਿੰਦਗੀ ਨੂੰ ਜਗਾਉਂਦਾ ਰਵੇ। ਸੁਣ ਸੁਣ ਕੇ, ਸੁਣ ਸੁਣ ਕੇ ਸਾਡੇ ਅੰਦਰ ਸਪਿਰਿਟ ਪੈਦਾ ਹੋਵੇ, ਸਾਡੇ ਅੰਦਰ ਜਜ਼ਬਾ ਪੈਦਾ ਹੋਵੇ। ਕਿਤਾਬਾਂ ਕੋਲੋਂ ਗਿਆਨ ਬੜਾ ਮਿਲ ਜਾਂਦਾ ਹੈ, ਬਹੁਤ ਸਾਰੀਆਂ ਕਹਾਣੀਆਂ ਕਿਤਾਬਾਂ ਵਿੱਚੋਂ ਪੜ੍ਹ ਲਈਦੀਆਂ, ਪਰ ਜਿਉਣਾ ਕਿਵੇਂ ਹੈ ਇਹ ਸਿੱਖਾਂ ਕੋਲੋਂ ਸਿੱਖਿਆ ਜਾਂਦਾ। ਸਾਧ ਸੰਗਤ ਕਿੰਨੀ ਕਮਾਈ, ਮੈਂ ਇੱਕ ਅਰਜ਼ ਹੋਰ ਕਰਨਾ, ਸਾਡੇ ਵੇਖਣ ਦਾ ਐਂਗਲ ਕੀ ਹੈ? ਜਿਹੜੀ ਗੱਲ ਮਾਨਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਕਹਿ ਰਹੇ ਸੀ ਵੀ ਕਈ ਵਾਰੀ ਅਸੀਂ ਬਾਹਰ ਵੇਖਦੇ ਹਾਂ ਪਰ ਉਹਦੇ ਅੰਦਰ ਧੁਰ ਅੰਦਰ ਕੀਤੀ ਹੋਈ ਕਮਾਈ ਨੂੰ ਨਹੀਂ ਵੇਖਦੇ, ਬਿਲਡਿੰਗ ਨੂੰ ਵੇਖ ਰਹੇ ਹਾਂ, ਨੀਂਹ ਨੂੰ ਨਹੀਂ ਵੇਖਦੇ, ਕਿਉਂਕਿ ਨੀਂਹ ਮਿੱਟੀ ਵਿੱਚ ਛੁਪੀ ਹੁੰਦੀ ਹੈ ਨਾ। ਸਾਡੇ ਵੇਖਣ ਦਾ ਐਂਗਲ ਕੀ ਹੈ? ਬਹੁਤ ਜ਼ਰੂਰੀ ਹੈ ਇਹ ਨੁਕਤਾ ਵੀ ਇਹਦੇ ਉੱਤੇ ਸਾਡਾ ਧਿਆਨ ਕੇਂਦਰਿਤ ਹੋਵੇ। ਜਿੱਥੇ ਵੇਖਣ ਦਾ ਐਂਗਲ ਥੋੜ੍ਹਾ ਜਿਹਾ ਗਲਤ ਹੋ ਗਿਆ ਨਾ, ਉੱਥੇ ਮਾਫ਼ ਕਰਿਓ, ਬੰਦਿਆਂ ਦੀਆਂ ਜੁੱਤੀਆਂ ਨੂੰ ਵੀ ਮੱਥੇ ਟੇਕੇ ਗਏ, ਜੁੱਤੀਆਂ ਵੀ ਰੱਖ ਕੇ ਸੱਚਖੰਡ ਬਣਾ ਦਿੱਤੇ, ਖੁੰਡੀਆਂ ਵੀ ਰੱਖ ਕੇ ਮੱਥੇ ਟਿਕਾ ਦਿੱਤੇ, ਥੋੜ੍ਹਾ ਜਿਹਾ ਐਂਗਲ ਗਲਤ ਹੋ ਗਿਆ। ਇੱਥੇ ਅਸੀਂ ਵੇਖਣ ਵਾਸਤੇ ਬੈਠੇ ਹਾਂ, ਪਰ ਉਹ ਜੀਵਨ ਕਮਾਈ ਜਿਹੜੀ ਕਮਾਈ ਬੂੰਦ ਨੂੰ ਸਾਗਰ ਬਣਾ ਦਿੰਦੀ ਹੈ, ਜਿਨ੍ਹਾਂ ਨਾ ਵਿਸਰੈ ਨਾ ਹੋ। ਕੀ ਕਹਾਂਗੇ ਅਸੀਂ ਉਹਨਾਂ ਬਾਰੇ ਸਾਧ ਸੰਗਤ? ਮਛਲੀ ਕਹੇ ਵੀ ਸਮੁੰਦਰ ਦੀ ਗੱਲ ਸੁਣਾਵਾਂ ਮੈਂ ਤੁਹਾਨੂੰ, ਕੀ ਸੁਣਾਏਗੀ? ਜੀਵਨ ਤਾਂ ਲੈ ਸਕਦੀ ਹੈ ਸਮੁੰਦਰ ਕੋਲੋਂ, ਪਾਰਾਵਾਰ ਨਹੀਂ ਪਾ ਸਕਦੇ। ਸਿੱਖ ਨੇਹਿਆ ਪੰਥ ਰਤਨ ਉਪਾਧੀ ਬੜਿਆਂ ਲੋਕਾਂ ਨੂੰ ਮਿਲੀ ਹੈ, ਪੰਥ ਵੱਲੋਂ ਬੜੀਆਂ ਸ਼ਖਸੀਅਤਾਂ ਨੂੰ ਮਿਲੀ ਹੈ। ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਬਹੁਤ ਸਾਰੀਆਂ ਪੋਲੀਟੀਕਲ ਹਸਤੀਆਂ ਵੀ ਨੇ, ਕਿਹਦੀਆਂ ਕਿੰਨੀਆਂ ਕੁ ਸੇਵਾਵਾਂ ਨੇ, ਮੈਂ ਉਹਦੇ ਬਾਰੇ ਚਰਚਾ ਨਹੀਂ ਕਰਨੀ। ਪਰ ਕੁਝ ਸ਼ਖਸੀਅਤਾਂ ਐਸੀਆਂ ਵੀ ਜਿਨ੍ਹਾਂ ਦਾ ਨਾਮ ਲਿਆ ਸਿਰ ਸ਼ਰਧਾ ਨਾਲ ਝੁੱਕ ਜਾਂਦਾ ਸਾਧ, ਕਈਆਂ 'ਤੇ ਕਿੰਤੂ ਵੀ ਹੁੰਦੇ ਹੋਣਗੇ, ਉਹਨਾਂ ਬਾਰੇ ਕੀ ਬਿਆਨ ਕਰਾਂ? ਆਪਾਂ ਚਰਚਾ ਕਰਨ ਲਈ ਬੈਠੇ ਹਾਂ ਵੀ ਚਰਚਾ ਕਰੀਏ ਅਤੇ ਸਪਿਰਿਟ ਆਵੇ। ਸਤਿਗੁਰੂ ਜੀ ਨੂੰ ਪੁੱਛੀਏ, ਮਹਾਰਾਜ ਜੀ ਉਹਨਾਂ ਦੀ ਕੀ ਤਾਰੀਫ ਹੈ ਜਿਨ੍ਹਾਂ ਨਾਲ ਵਿਸਰਿਆ ਨਾ? ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਗੁਰੂ ਸਾਹਿਬ ਜੀ ਨੂੰ ਜੋ ਦੱਸਿਆ, ਸੇਕ ਨੇਹਿਆ ਭੇਦ ਨਾ ਜਾਣੋ ਮੂਲ, ਮੂਲ ਦਾ ਮਤਲਬ ਵੀ ਰੰਚਕ ਮਾਤਰ, ਮੂਲੋਂ ਹੀ ਇਹ ਗੱਲ ਰੱਦ ਕਰ ਦਿਓ ਵੀ ਕੋਈ ਫਰਕ ਰਹਿ ਜਾਂਦਾ ਹੈ। ਸਾਈਂ ਜਿਹਾ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਤੁਸੀਂ ਸਰੀਰ ਨਾ ਵੇਖਿਓ
ਵੀ ਸਰੀਰ ਵੱਖਰੇ ਆ ਅਤੇ ਰੱਬ ਵੱਖਰੇ ਆ। ਮਾਨਸ ਦੇਹ ਨਾ ਵੇਖਿਓ ਤੁਸੀਂ। ਮੈਂ ਤਾਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਕਿ ਚੰਗੀ ਗੱਲ ਹੈ ਤੁਹਾਨੂੰ ਭਾਈ ਸਾਹਿਬ ਜੀ ਦਾ ਨਾਂ ਸੁਣ ਕੇ ਉਹਨਾਂ ਦੀ ਘਾਲਣਾ ਕਮਾਈ ਚੇਤੇ ਆ ਜਾਏ, ਪਰ ਕਿਤੇ ਇਹ ਨਾ ਹੋਵੇ ਵੀ ਇਕੱਲੀ ਤਸਵੀਰ ਅਤੇ ਸਰੀਰ ਤੱਕ ਹੀ ਅਟਕ ਕੇ ਰਹਿ ਜਾਈਏ ਅਤੇ ਤੋਂ ਗਾਂਹ ਲੰਘ ਹੀ ਨਾ ਸਕੀਏ। ਕਦੀ ਕਦੀ ਇੱਦਾਂ ਹੋ ਜਾਂਦਾ ਵੀ ਅਸੀਂ ਤਸਵੀਰ ਲਾਈ, ਸਰੀਰ ਤੋਂ ਬਾਅਦ ਤਸਵੀਰ, ਪਹਿਲਾਂ ਸਰੀਰ ਫਿਰ ਉਹ ਤੋਂ ਬਾਅਦ ਤਸਵੀਰ, ਅਤੇ ਅਸੀਂ ਉੱਥੇ ਫੁੱਲ ਸਟਾਪ ਲੱਗ ਗਿਆ, ਸੁਰਖਰੂ ਹੋ ਗਏ। ਨਾ ਨਾ ਨਾ, ਅਸੀਂ ਤਾਂ ਪਿੱਛੇ ਪਿੱਛੇ ਤੁਰਨਾ ਅਤੇ ਵੇਖਣਾ ਵੀ ਜਿਹੜੀ ਮੰਜ਼ਿਲ 'ਤੇ ਉਹ ਪਹੁੰਚੇ ਉੱਥੇ ਅਸੀਂ ਪਹੁੰਚੀਏ। ਮੰਜ਼ਿਲ ਬੜੇ ਕਮਾਲ ਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਉਂ ਜਲ ਤਰੰਗ ਉੱਠੈ ਬਹੁ ਭਾਤੀ, ਭੇਦ ਨਾ ਜਾਣੋ ਮਾਨਸ ਦੇਹਾ, ਫਰਕ ਨਾ ਸਮਝਿਓ ਉਹਨਾਂ ਦੀ ਜ਼ਿੰਦਗੀ ਕੀ ਹੁੰਦੀ ਹੈ। ਜਿਉਂ ਜਲ ਤਰੰਗ ਉੱਠੈ ਬਹੁ ਭਾਤੀ, ਜਿਉਂ ਪਾਣੀ ਦੇ ਵਿੱਚੋਂ ਉੱਠਣ ਵਾਲੀਆਂ ਤਰੰਗਾਂ, ਹਰ ਹਰ ਜਨ ਦੋਏ ਏਕ ਹੈ, ਕਲਗੀਆਂ ਵਾਲੇ ਸਾਹਿਬ ਮੋਹਰ ਲਾਉਂਦੇ ਆਪਣੇ ਸਿੱਖ ਦੇ ਜੀਵਨ ਉੱਤੇ, ਮਾਨ ਦੇਖਿਓ ਕੈਸਾ ਦਿੰਦੇ ਆਪਣੇ ਖਾਲਸੇ ਨੂੰ, ਆਪਣੇ ਸਿੱਖ ਨੂੰ ਗਲਵੱਕੜੀ 'ਚ ਲੈ ਕੇ ਦਸ਼ਮੇਸ਼ ਪਿਤਾ ਮਾਣ ਕੀ ਦਿੰਦੇ। ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੈ ਸਮਾਹੇ, ਅੰਦਰ ਹੀ ਸਮਾ ਗਏ, ਅੰਦਰ ਹੀ ਲੀਨ ਹੋ ਗਏ, ਵਿੱਚੋਂ ਹੀ ਪੈਦਾ ਹੋਏ ਅਤੇ ਵਿੱਚ ਹੀ ਸਮਾ ਗਏ। ਜਿਉਂ ਸਲਲ ਹੈ ਸਲਲ ਸਮਾਏ ਦਾ, ਪਾਣੀ ਵਿੱਚ ਜਿਵੇਂ ਪਾਣੀ ਸਮਾ ਜਾਂਦਾ, ਜਿਉਂ ਜਲ ਤਰੰਗ ਉੱਠਾ ਬਹੁ ਭਾਂਤੀ, ਫਿਰ ਸਲਲ ਹੈ ਸਲਲ ਸਮਾਏ ਦਾ, ਪਾਣੀ ਦੇ ਵਿੱਚ ਪਾਣੀ ਸਮਾ ਗਿਆ, ਕਿਹੜਾ ਵੱਖਰੇਵਾਂ, ਕਿਹੜਾ ਵਜੂਦ ਵੇਖੋਗੇ। ਮੈਂ ਜਿਹੜੀ ਅਰਜ਼ ਕੀਤੀ ਸੀ ਨਾ, ਬੜੀਆਂ ਹੀ ਪਿਆਰੀਆਂ ਜਿਹੀਆਂ ਸ਼ਖਸੀਅਤਾਂ ਬੈਠੀਆਂ ਸਿੱਖ ਕੌਮ ਦੀਆਂ। ਵੇਖੋ, ਕੁਝ ਲੋਕਾਂ ਵਾਸਤੇ ਸ਼ਬਦ ਬੁੱਧੀ ਵਿੱਚੋਂ ਨਿਕਲਦੇ ਨੇ ਅਤੇ ਕੁਝ ਵਾਸਤੇ, ਮੇਰੇ ਵੀਰ ਜੀ ਭਾਵੁਕ ਹੋ ਗਏ ਸੀ, ਦੀਪਾ ਵੀਰ ਜੀ, ਗਿਆਨੀ ਸਾਹਿਬ ਸਿੰਘ ਜੀ ਹੋਰਾਂ ਦੀ ਗੱਲ ਕਰਦੇ ਆ, ਨਾਂ ਲੈਂਦੇ ਆ, ਇੱਥੋਂ ਕਈਆਂ ਲਈ ਸ਼ਬਦ ਭਾਵਨਾ ਨਿਕਲਦੀ ਹੈ, ਸ਼ਬਦ ਮੁੱਕ ਜਾਂਦੇ। ਕਈ ਵਾਰੀ ਸ਼ਬਦ ਬੁੱਧੀ 'ਚੋਂ ਨਿਕਲਦੇ ਆ ਅਤੇ ਬੜੇ ਬੜੇ ਵਧੀਆ ਨਿਕਲ ਆਉਂਦੇ ਆ, ਅਤੇ ਕਈ ਵਾਰੀ ਗੱਲ ਇੱਥੋਂ ਨਿਕਲਦੀ ਹੈ ਅਤੇ ਸ਼ਬਦ ਛੋਟੇ ਪੈ ਜਾਂਦੇ ਆ, ਭਾਵਨਾ ਸਾਡੇ ਜਜ਼ਬਾਤਾਂ ਦੇ ਉੱਤੇ ਹਾਵੀ ਹੋ ਜਾਂਦੀ ਹੈ। ਉਹਨਾਂ ਨੇ ਤੁਹਾਡੇ ਦਰਸ਼ਨ ਕਰਨੇ, ਮੈਂ ਗੁਸਤਾਖੀ ਨਹੀਂ ਕਰਾਂਗਾ ਵੀ ਗਾਂਹ ਜਾਵਾਂ, ਆਪਣਾ ਸਮਾਂ ਛੱਡ ਕੇ ਫਤਿਹ ਬੁਲਾਵਾਂਗਾ। ਸਿਰਫ ਬੇਨਤੀ ਕਰਨ ਲੱਗਾ ਵੀ ਕਿਸ ਐਂਗਲ ਤੋਂ ਵੇਖਦੇ ਹਾਂ ਅਸੀਂ। ਮੈਨੂੰ ਕਿਸੇ ਦੀ ਬੰਦਗੀ ਦੇ ਉੱਤੇ ਸ਼ੱਕ ਨਹੀਂ, ਪਰ ਥੋੜ੍ਹਾ ਜਿਹਾ ਐਂਗਲ ਗਲਤ ਹੋਇਆ ਅਤੇ ਜੁੱਤੀਆਂ ਅਤੇ ਖੁੰਡੀਆਂ ਰੱਖ ਕੇ ਵੀ ਸੱਚਖੰਡ ਬਣਾ ਦਿੱਤਾ ਸੀ। ਇੱਕ ਗੱਲ ਗੁਰੂ ਬਾਬਾ ਜੀ ਨੇ ਸਿਖਾਈ ਸੀ, ਇੱਦਾਂ ਹੀ ਹਜ਼ੂਰ ਬਿਰਾਜਮਾਨ ਸਨ ਅਤੇ ਤੁਹਾਡੇ ਵਰਗੀਆਂ ਪਿਆਰ ਵਾਲੀਆਂ ਰੂਹਾਂ ਬੈਠੀਆਂ ਸੀ। ਅੱਜ ਜਿਵੇਂ ਤੁਸੀਂ ਅੱਜ ਭੇਟਾ ਰੱਖਦੇ ਹੋ ਨਾ, ਗੁਰਮੁਖੋ ਮੇਰੀ ਬੇਨਤੀ ਹੈ, ਖਾਲਸਾ ਪੰਥ ਦੀ ਸਿੱਖ ਕੌਮ ਦੀ ਜਿਹੜੀ ਰਵਾਇਤ ਹੈ, ਇਹ ਮਾਇਆ ਅਰਪਣ ਕਰਨੀ ਜ਼ਰੂਰੀ ਹੈ। ਕਿਤੇ ਕਿਤੇ ਸਾਨੂੰ ਡਰ ਆਉਣ ਲੱਗ ਪਿਆ ਅਤੇ ਕਿਤੇ ਕਿਤੇ ਸਾਡੀ ਮਾਨਸਿਕਤਾ ਉਖੜ ਗਈ ਵੀ ਕਿਉਂ ਅਰਪਣ ਕਰੀਏ। ਇਹਦੀ ਲੋੜ ਗੁਰੂ ਨੂੰ ਨਹੀਂ ਹੈ। ਜਿਹੜੀ ਨੇਕੀ ਦੇ ਕਾਰਜ ਸ਼ੁਰੂ ਹੋਏ ਨੇ, ਮੈਨੂੰ ਪਤਾ ਮੈਂ ਇਸ ਹੋਸਪਿਟਲ 'ਚ ਆਉਂਦਾ, ਅਕਸਰ ਆਉਂਦਾ, ਅਤੇ ਇੱਥੇ ਕਿੰਨੇ ਗੁਰਸਿੱਖ ਵੀਰ ਨੇ ਜਿਹੜੇ ਰੋਗੀਆਂ ਨੂੰ ਲੈ ਕੇ ਆਉਂਦੇ ਆ, ਫਰੀ ਇੱਕ ਟਿਕਾਣਾ ਲੱਭਿਆ ਹੋਇਆ ਉਹਨਾਂ ਨੂੰ, ਹਾਲਾਂਕਿ ਖਰਚੇ ਬੇਸ਼ੁਮਾਰ ਨੇ, ਪਰ ਫਿਰ ਵੀ ਕੁਝ ਐਸੀ ਐਸੀ ਦਸ਼ਾ ਵਾਲੇ ਰੋਗੀ ਆਉਂਦੇ ਵੀ ਜਿਨ੍ਹਾਂ ਦੇ ਪੱਲੇ ਪੈਸੇ ਦੀ ਤਾਂ ਦੂਰ ਦੀ ਗੱਲ ਰਹੀ, ਜਿਨ੍ਹਾਂ ਦਾ ਕੋਈ ਆਪਣਾ ਲਿਆਉਣ ਵਾਲਾ ਵੀ ਨਹੀਂ ਹੈਗਾ। ਮਰਿੰਡੇ ਤੋਂ ਗੁਰਮੁਖ ਪਿਆਰੇ ਪਤਾ ਨਹੀਂ ਕਿ ਉਹਨਾਂ ਨੂੰ ਗੱਡੀ ਵੀ ਸੰਗਤ ਨੇ ਸਪੈਸ਼ਲ ਦਿੱਤੀ, ਭਰ ਭਰ ਕੇ ਲਈ ਆਉਂਦੇ ਨੇ ਅਤੇ ਰਾਜ਼ੀ ਕਰ ਕਰਕੇ ਘਰ ਤੋਰੀ ਜਾਂਦੇ ਨੇ। ਇਹ ਹੈ ਕਮਾਈ ਜਿਹੜੀ ਮਾਨਯੋਗ ਭਾਈ ਰਣਜੀਤ ਸਿੰਘ ਜੀ ਕਹਿ ਰਹੇ ਸੀ, ਇਹ ਕਮਾਈ ਹੈ ਸਾਧ ਸੰਗਤ, ਜਿਹਦੇ ਸਦਕਾ ਸਭ ਨੂੰ ਸੁੱਖ ਮਿਲ ਰਹੇ ਨਾ, ਮਸ਼ੱਕਤ ਘਰ ਲਈ, ਅਤੇ ਪਤਾ ਨਹੀਂ ਕਿੰਨੇ ਕੁ ਰੋਗੀ ਰਾਜ਼ੀ ਹੋ ਕੇ ਜਾ ਰਹੇ। ਆਹ ਭੇਟਾ ਜਿਹੜੀ ਹੈ ਇਹ ਕਿੰਨਿਆਂ ਦਾ ਦੁੱਖ ਹਰ ਰਹੀ ਹੈ, ਅਤੇ ਗੁਰੂ ਸਾਹਿਬ ਦੇ ਵੇਲੇ ਤੋਂ ਮਰਯਾਦਾ ਸ਼ੁਰੂ ਸੀ। ਇਸ ਲਈ ਮੈਂ ਅਰਜ਼ ਕਰਦਾ ਵੀ ਜਦੋਂ ਤੁਹਾਡੇ ਅੰਦਰ ਤਸੱਲੀ ਹੋਵੇ ਨਾ ਵੀ ਠੀਕ ਲੱਗ ਰਹੀ ਹੈ, ਫਿਰ ਉੱਥੇ ਗੁੰਜਾਇਸ਼ ਨਾ ਰੱਖਿਆ ਕਰੋ, ਤਸੱਲੀ ਹੋਵੇ, ਪਹਿਲਾਂ ਤਸੱਲੀ ਕਰ ਲਓ, ਅੰਧ ਹਨੇਰੇ 'ਚ ਨਾ ਰਹੋ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਮਾਇਆ, ਉਦੋਂ ਇਹ ਪੈਸੇ ਕਾਗਜ਼ਾਂ ਵਾਲੇ ਨਹੀਂ ਸੀ, ਅਤੇ ਤੁਹਾਨੂੰ ਪਤਾ ਸਿੱਕੇ ਹੁੰਦੇ ਸੀ, ਧਾਤਾਂ ਦੇ ਬਣੇ ਹੋਏ, ਟਕਾ ਰੱਖਿਆ, ਨਮਸਕਾਰ ਕੀਤੀ। ਐਂਗਲ, ਸਿਰਫ ਵੇਖਣ ਦੇ ਐਂਗਲ ਦੀ ਗੱਲ ਕਰ ਰਿਹਾ ਮੈਂ, ਇੱਥੇ ਗਲਤੀ ਲੱਗ ਜਾਂਦੀ ਹੈ ਅਤੇ ਅਸੀਂ ਕਈ ਵਾਰੀ ਬੰਦਿਆਂ ਨੂੰ ਰੱਬ ਦੇ ਸ਼ਰੀਕ ਬਣਾ ਦਿੰਦੇ ਹਾਂ।
ਭਾਈ ਸਾਹਿਬ ਜੀ ਦੀ ਬੰਦਗੀ ਨੂੰ ਤੁਸੀਂ ਚੇਤੇ ਕਰ ਰਹੇ ਹੋ। ਬੰਦਗੀ ਜੇ ਤੇ ਕੱਲੀ ਮਾਲਾ ਫੜ ਕੇ ਕਿਸੇ ਭੋਰੇ 'ਚ ਬੈਠਣਾ ਹੁੰਦਾ ਤੇ ਬਥੇਰੇ ਜੋਗੀ ਬੈਠੇ ਹੋਏ ਆ, ਬੈਠੇ ਰਹਿੰਦੇ ਹੋ। ਮੈਂ ਨਹੀਂ ਸਮਝਦਾ ਵੀ ਮਾਨਯੋਗ ਪੰਥ ਰਤਨ ਭਾਈ ਜਸਵੀਰ ਸਿੰਘ ਜੀ ਖੰਨੇ ਵਾਲਿਆਂ ਨੇ ਕੱਲੀ ਬੰਦਗੀ ਕੀਤੀ ਹੈ। ਨਾ ਨਾ, ਇਹ ਇਨਸਾਫ ਨਹੀਂ ਹੋਏਗਾ। ਜੇ ਮੇਰੀ ਦ੍ਰਿਸ਼ਟੀ ਮੇਰੇ ਐਂਗਲ ਤੋਂ ਵੇਖੋ ਤੇ ਉਹ ਕੱਲੇ ਭਗਤੀ ਕਰਨ ਵਾਲੀ ਰੂਹ ਨਹੀਂ, ਉਹ ਇਨਕਲਾਬ ਨੇ ਜਿਹੜੇ ਮਸ਼ਾਲ ਜਗਾ ਕੇ ਪੰਜਾਬ ਦੀ ਧਰਤੀ ਉੱਤੇ ਹੀ ਨਹੀਂ ਵਿਸ਼ਵ ਦੇ ਵਿੱਚ ਘੁੰਮ ਰਹੇ ਆ ਗੁਰੂ ਨਾਨਕ ਦੇ ਗਿਆਨ ਦੀ ਮਸ਼ਾਲ ਜਗਾ ਕੇ, ਵੀ ਮੈਂ ਕੱਲਾ ਹੀ ਨਹੀਂ ਚਾਨਣ ਲੈਣਾ, ਦੁਨੀਆਂ ਸਾਰੀ ਨੂੰ ਚਾਨਣ ਵੰਡਣਾ। ਇਹ ਗੱਲਾਂ ਮੈਂ ਤਾਂ ਕਹੀਆਂ ਵੀ ਅਸੀਂ ਇਹ ਨਾ ਸਮਝੀ ਵੀ ਮੈਂ ਕੋਠੇ 'ਚ ਬੈਠ ਕੇ ਇੰਨੇ ਪਾਠ ਕਰ ਲੈਂਦਾ, ਮੈਂ ਕਰਨ ਦਾ ਕੰਮ ਮੁੱਕ ਗਿਆ। ਨਾ, ਜਿਹੜੀ ਕ੍ਰਾਂਤੀ ਨੂੰ ਜਨਮ ਦਿੰਦੇ ਨੇ ਬੰਦਗੀ ਵਾਲੀਆਂ ਰੂਹਾਂ, ਉਹ ਕ੍ਰਾਂਤੀ ਨਾ ਸਾਡੇ ਕੋਲੋਂ ਖੁੱਸ ਜਾਏ, ਉਹ ਇਨਕਲਾਬ ਨਾ ਸਾਡੇ ਕੋਲੋਂ ਚਲਿਆ ਜਾਏ, ਉਹ ਚੁਣੌਤੀਆਂ ਦਾ ਸਾਹਮਣਾ ਕਰਦੇ। ਮੈਨੂੰ ਪਤਾ ਉਹ ਹਾਲਾਤ ਕਿਹੜੇ ਸਨ। ਮੈਂ ਸਿੰਘ ਸਾਹਿਬਾਨਾਂ ਦੇ ਨਾਲ ਵਿਚਰਿਆ, ਗਿਆਨੀ ਕੇਵਲ ਸਿੰਘ ਜੀ, ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ, ਅਤੇ ਵੀਰ ਜੀ ਹੋਰਾਂ ਦਾ ਇੰਨਾ ਪਿਆਰ ਸੀ ਕਿਉਂਕਿ ਪੰਥ ਦੇ ਨਾਲ ਚੱਲਦੇ ਸੀ ਨਾ, ਪੈਰਲਰ ਨਹੀਂ ਸੀ ਚੱਲਦੇ। ਬੜੇ ਖਤਰਨਾਕ ਹਾਲਾਤ ਸਨ, ਸਿੱਖੀ ਦੀ ਗੱਲ ਕਰਨੀ ਗੋਲੀਆਂ ਦੇ ਨਾਲ ਜਵਾਬ ਮਿਲਦਾ ਸੀ, ਪੰਥ ਦੇ ਇਕੱਠ ਕਰਨੇ, ਕੌਮੀ ਜਜ਼ਬੇ ਦੀ ਗੱਲ ਕਰਨੀ ਏਜੰਸੀਆਂ ਛਾਇਆ ਪਾਉਂਦੀਆਂ ਸਨ ਉਦੋਂ, ਵੀ ਪਤਾ ਨਹੀਂ ਇਹ ਕਿੱਡੀ ਕੁ ਸਪਿਰਿਟ ਪੈਦਾ ਕਰ ਰਹੇ ਨੇ। ਇਸ ਲਈ ਮੈਂ ਕਿਹਾ ਵੀ ਉਹ ਇਕੱਲੀ ਭਗਤੀ ਨਹੀਂ ਸੀ ਕਰਦੇ, ਉਹ ਆਪ ਚੱਲਦਾ ਫਿਰਦਾ ਇੱਕ ਇਨਕਲਾਬ ਸਨ। ਬਸ ਕਿਸ ਐਂਗਲ ਤੋਂ ਵੇਖ ਰਹੇ ਹਾਂ, ਭੋਰੇ 'ਚ ਬੈਠਣ ਵਾਲੇ ਬਾਬੇ ਦੇ ਰੂਪ 'ਚ ਨਾ ਵੇਖੀ ਉਹਨਾਂ ਨੂੰ, ਉਹਨਾਂ ਨੂੰ ਇੱਕ ਕ੍ਰਾਂਤੀਕਾਰੀ ਸਿੱਖ ਦੇ ਰੂਪ 'ਚ ਵੇਖੀਏ, ਜਿਹੜਾ ਰਾਹ ਮੇਰੇ ਗੁਰੂ ਨਾਨਕ ਨੇ ਦਿੱਤਾ ਉਸ ਰਾਹ ਉੱਤੇ ਉਹ ਤੁਰਦੇ ਨੇ ਦ੍ਰਿੜਤਾ ਦੇ ਨਾਲ, ਹਾਲਾਤਾਂ ਨਾਲ ਮੁਕਾਬਲਾ ਕਰਦੇ। ਕਿੰਨੇ ਕੁ ਸਾਧਨ ਸੀ ਉਦੋਂ, ਆਰਥਿਕ ਸਾਧਨ ਕਿੰਨੇ ਕੁ ਸਨ ਕਿਤੇ, ਜਿਵੇਂ ਵੀਰ ਜੀ ਦੱਸਦੇ ਸੀ ਇੱਕ ਕਮਰੇ 'ਚ ਕੰਧ ਮਾਰ ਕੇ ਦੋ ਹਿੱਸੇ ਕਰ ਲਏ, ਨਾ ਸੁੱਖ ਦੇ ਸਾਧਨ ਸਨ ਨਾ ਕੋਈ ਬਹੁਤੀਆਂ ਫੈਸਿਲਿਟੀਆਂ ਸਨ। ਕਿੰਨੇ ਸੰਘਰਸ਼ ਵਿੱਚ ਦੀ ਉਹਨਾਂ ਦਾ ਜੀਵਨ ਲੰਘਿਆ, ਅਤੇ ਆਹ ਜਿਹੜੇ ਅੱਜ ਅਸੀਂ ਵੇਖ ਰਹੇ ਹਾਂ, ਠੀਕ ਹੈ ਤੁਸੀਂ ਪਿਆਰ ਦੇ ਰਹੇ ਹੋ, ਤੁਹਾਡਾ ਫਰਜ਼ ਵੀ ਬਣਦਾ। ਉਹਨਾਂ ਨੇ ਬੜੀ ਕਮਾਈ ਕੀਤੀ। ਬਸ ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਿਓ ਐਂਗਲ। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ ਨੇ ਨਾ ਐਂ ਟਕਾ ਚੁੱਕਿਆ ਅਤੇ ਸਾਰੇ ਵੇਖ ਰਹੀ ਸੀ ਸੰਗਤ, ਇੱਥੇ ਰੱਖ ਕੇ ਮੁੱਠੀ ਬੰਦ ਕਰ ਲਈ ਸਾਰਿਆਂ ਦੇ ਵੇਖਦਿਆਂ, ਅਤੇ ਸਾਰਿਆਂ ਨੂੰ ਮੁਖਾਤਬ ਹੋ ਕੇ ਕਿਹਾ ਵੀ ਤੁਸੀਂ ਦੱਸੋਗੇ ਸਾਡੀ ਮੁੱਠੀ ਵਿੱਚ ਕੀ ਹੈ। ਜੋ ਸੱਚਾਈ ਸੀ ਬਹੁਤਿਆਂ ਨੇ ਬੋਲਿਆ ਵੀ ਤੁਹਾਡੀ ਮੁੱਠੀ 'ਚ ਇੱਕ ਟਕਾ ਹੈ, ਅੱਖਾਂ ਨੇ ਵੇਖਿਆ ਅਤੇ ਝੂਠ ਵੀ ਨਹੀਂ ਸੀ। ਇੱਥੋਂ ਤੱਕ ਕਿ ਸਤਿਕਾਰਯੋਗ ਬਾਬਾ ਸ੍ਰੀ ਚੰਦ ਜੀ ਬੈਠੇ ਸਨ, ਪਰਮ ਸਤਿਕਾਰਯੋਗ ਬਾਬਾ ਲਖਮੀ ਦਾਸ ਜੀ ਬੈਠੇ ਸਨ, ਅਦਬ ਕਰਨਾ ਸੀ, ਗੁਸਤਾਖੀ ਨਹੀਂ ਕਰਨੀ ਸਾਧ ਸੰਗਤ ਨਿਰਾਦਰ ਦੀ, ਉਹਨਾਂ ਨੇ ਵੀ ਕਿਹਾ ਵੀ ਮਹਾਰਾਜ ਹਜ਼ੂਰ ਪਿਤਾ ਜੀ ਤੁਹਾਡੀ ਮੁੱਠੀ 'ਚ ਵੇਖਿਆ ਸੀ, ਜੋ ਵੇਖਿਆ ਸੀ ਕਿਹਾ ਇੱਕ ਟਕਾ ਹੈ। ਬਹੁਤੇ ਪਰਮ ਸਿੱਖਾਂ ਨੇ ਵੀ ਕਿਹਾ ਐਂਗਲ ਕੀ ਹੁੰਦਾ, ਦ੍ਰਿਸ਼ਟੀ ਕੀ ਹੁੰਦੀ ਹੈ, ਨਜ਼ਰੀਆ ਕੀ ਹੁੰਦਾ। ਕਿਤੇ ਪੂਜਾ ਵਾਂਗੂ ਸਾਧਨ ਨਾ ਬਣਾ ਕੇ ਬਹਿ ਜਾਓ, ਨਜ਼ਰੀਏ ਨੂੰ ਸਮਝਣ ਦਾ ਯਤਨ ਕਰਿਓ ਵੀ ਜੀਵਨ ਨੂੰ ਤੱਕਣਾ ਅਤੇ ਨਜ਼ਰੀਆ ਕੀ ਹੋਵੇ। ਐਂ ਬੈਠੇ ਸੀ ਬਾਬਾ ਲਹਿਣਾ ਜੀ, ਫਿਰ ਉਹਨਾਂ ਨੂੰ ਪੁੱਛਿਆ ਸੀ ਤੁਸੀਂ ਵੀ ਦੱਸੋ ਸਾਡੀ ਮੁੱਠੀ 'ਚ ਕੀ ਹੈ, ਅਤੇ ਬੁੱਧੀ ਨਹੀਂ ਬੋਲਦੀ, ਦ੍ਰਿਸ਼ਟੀ ਬੋਲਦੀ, ਨਜ਼ਰੀਆ ਬੋਲਦਾ, ਪ੍ਰਤੀਤ ਬੋਲਦੀ ਹੈ। ਬੁੱਧੀ ਨੇ ਕਿਹਾ ਸੀ ਟਕਾ ਹੈ ਅਤੇ ਬੁੱਧੀ ਨੇ ਸੱਚ ਬੋਲਿਆ ਸੀ, ਇੱਥੇ ਪ੍ਰਤੀਤ ਬੋਲਦੀ ਹੈ। ਜਦੋਂ ਬਾਬਾ ਲਹਿਣਾ ਜੀ ਕਹਿੰਦੇ ਹਜ਼ੂਰ ਸਾਰੀ ਕਾਇਨਾਤ ਸਾਰੀ ਸ੍ਰਿਸ਼ਟੀ ਕੁੱਲ ਮਖਲੂਕਾਤ ਖੰਡ ਬ੍ਰਹਿਮੰਡ ਤੁਹਾਡੀ ਮੁੱਠੀ ਦੇ ਵਿੱਚ ਨੇ, ਮੈਂ ਕਿਵੇਂ ਅੰਦਾਜ਼ਾ ਲਾ ਕੇ ਦੱਸਾਂ ਤੁਹਾਡੀ ਮੁੱਠੀ 'ਚ ਕੀ ਹੈ। ਬਸ ਇਹ ਪ੍ਰਤੀਤ ਆਏਗੀ ਨਾ ਜਿੱਦਣ, ਉੱਦਣ ਸਾਨੂੰ ਪਤਾ ਲੱਗੇਗਾ ਵੀ ਹਰ ਹਰ ਜਨ ਦੋਏ ਏਕ ਹੈ। ਇਹ ਪ੍ਰਤੀਤ ਆਏ, ਬਿਨਾਂ ਪ੍ਰਤੀਤ ਤੋਂ ਬੁੱਧੀ ਦੀ ਦੌੜ ਬੜੀ ਖੁਸ਼ਕ ਹੋ ਜਾਂਦੀ ਹੈ, ਅਤੇ ਅੱਜ ਦੁਖਾਂਤ ਇਹ ਹੈ ਵੀ ਖੁਸ਼ਕੀ ਜ਼ਿਆਦਾ ਹੋ ਗਈ ਹੈ, ਠੰਡ ਨਹੀਂ ਪੈ ਰਹੀ। ਸਤਸੰਗ ਅਰਦਾਸ ਕਰੀਏ ਮਹਾਰਾਜ ਉਹਨਾਂ ਰੂਹਾਂ ਨੂੰ ਚੇਤੇ ਕਰਦੇ ਕਰਦੇ ਸਾਡੇ ਅੰਦਰ ਜਜ਼ਬਾ ਆਵੇ, ਸਾਡੇ ਅੰਦਰ ਸਪਿਰਿਟ ਆਵੇ, ਅਸੀਂ ਤੇਰੇ ਮਾਰਗ 'ਤੇ ਤੁਰੀਏ ਭਰੋਸੇ ਨਾਲ। ਕੈਸਾ ਵਿਸ਼ਵਾਸ ਸੀ ਸਾਧ ਸੰਗਤ, ਬਾਣੀ ਬੋਲਣ ਦਾ ਢੰਗ ਕੈਸਾ ਸੀ। ਮੈਂ ਪਹਿਲਾ ਦੀਵਾਨ ਜਦੋਂ ਵੀਰ ਜੀ ਹੋਰਾਂ ਦਾ ਸੁਣਿਆ, ਬਠਿੰਡੇ ਮੈਂ ਪੜ੍ਹਦਾ ਸੀ ਅਤੇ ਇਹ ਸ਼ਬਦ ਉਹਨਾਂ ਨੇ ਗਾਇਆ ਸੀ, ਮੈਨੂੰ ਨਹੀਂ ਭੁੱਲਦਾ ਉਹ ਅੰਦਾਜ਼, ਨਹੀਂ ਭੁੱਲਦਾ ਉਹ ਆਵਾਜ਼, ਨਹੀਂ ਭੁੱਲਦੀ। ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖਿਆ ਸਭ ਕੋਏ, ਇੱਦਾਂ ਲੱਗਦਾ ਸੀ ਵੀ ਜਿਵੇਂ ਇਹ ਕੰਨਾਂ ਦੇ ਰਾਹੀਂ ਅੰਦਰ ਉੱਤਰ ਹੀ ਜਾ ਰਿਹਾ।
ਭੁੱਲ ਗਏ ਸੀ, ਸਭ ਕੁਝ ਭੁੱਲ ਗਏ ਸੀ। ਹਾਲਾਂਕਿ ਚੰਚਲ ਜੀ ਉਮਰ ਸੀ, ਸਾਥੀ ਨੌਜਵਾਨਾਂ ਨਾਲ ਆਏ ਸੀ, ਗੱਡੀ ਬੱਸ 'ਚ ਮਸਤੀਆਂ ਕਰਦੇ ਵੀ ਆਏ ਸੀ, ਪਰ ਉੱਥੇ ਆ ਕੇ ਸਭ ਕੁਝ ਭੁੱਲ ਗਿਆ ਸੀ। ਪ੍ਰਤੀਤ ਆ ਜੇ ਅੰਦਰ, ਬੜਾ ਕੁਝ ਭਰਿਆ ਗੁਰੂ ਨਾਨਕ ਦੇ ਘਰ ਵਿੱਚ, ਝੋਲੀਆਂ ਭਰ ਜਾਣਗੀਆਂ ਤੁਹਾਡੀਆਂ। ਖੰਡ ਬ੍ਰਹਿਮੰਡ ਇੱਥੇ ਟਿਕੇ ਹੋਏ ਆ, ਉਹਨਾਂ ਨੂੰ ਕਮਾਉਣ ਵਾਲਿਆਂ ਦੇ ਉੱਤੇ ਵੀ ਪ੍ਰਤੀਤ ਆਵੇ ਅਤੇ ਉਸ ਕਮਾਈ ਦੀ ਵੀ ਪ੍ਰਤੀਤ ਹੋਵੇ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਬਖਸ਼ਿਓ, ਅਸੀਸ ਦਿਓ, ਪਿਆਰ ਵਿੱਚ ਜੁੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲ ਹੈ ਕੋ ਹੈ ਕੋ ਐਸੋ ਹਮਰਾ ਮੀਤ, 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 ਹਮਰਾ ਮੀਤ, ਐਸੋ ਹਮਰਾ ਮੀਤ, ਸਗਲ ਸਮਗਰੀ ਜੀਓ ਹੀਓ ਦਿਓ, ਸਗਲ ਸਮਗਰੀ ਜੀਓ ਹੀਓ ਦਿਓ, ਸਗਲ ਸਮਗਰੀ ਜੀਓ ਹੀਓ ਦਿਓ, ਸਗਲ ਸਮਗਰੀ ਜੀਓ ਅਰਪੋ ਆਪਣੋ ਜੀਤ, ਅਰਪੋ ਆਪਣੋ ਜੀਤ, ਅਰਪੋ ਆਪਣੋ ਜੀਤ, ਅਰਪੋ ਆਪਣੋ ਜੀਤ, ਹੈ ਕੋ ਹਮਰਾ ਮੀਤ, ਐਸੋ ਹਮਰਾ ਮੀਤ। ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ, ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ, ਬੰਧਨ ਤੇ ਆਵੇ ਪ੍ਰਭੂ ਮਿਲਾਵੇ, ਹਰ ਹਰ ਨਾਮ ਸੁਣਾਵੇ ਨਾਮ ਸੁਣਾਵੇ, ਹਰ ਹਰ ਨਾਮ ਸੁਣਾਵੇ ਨਾਮ ਸੁਣਾਵੇ, ਅਸਥਿਰ ਕਰੇ ਨਿਚਲੇ ਮਨੁਆ ਬਹੁਰ ਨਕ ਤੂੰ ਤਾਵੇ, ਅਸਥਿਰ ਕਰੇ ਨਿਚਲੇ ਮਨੁਆ ਬਹੁਰ ਨਕ ਤੂੰ ਤਾਵੇ, ਬਹੁਰ ਨਕ ਤੂੰ ਤਾਵੇ, ਬਹੁਰ ਨਕ ਤੂੰ ਤਾਵੇ, ਐਸੋ ਹਮਰਾ ਮੀਤ, ਐਸੋ ਹਮਰਾ ਮੀਤ, ਐਸੋ ਹਮਰਾ ਮੀਤ, ਐਸੋ ਹਮਰਾ ਮੀ ਹੈ ਕੋ ਪਰ ਤਨ
पर तन पर की निंदा इन स्यू प्रीत न लागे पर तन पर तन पर की निंदा प्रीत न लागे संत है संग संत संपाखण हर कीर्तन मन जागे संत है संग कीर्तन मन जागे हर कीर्तन मन जागे हर कीर्तन मन जागे हर कीर्तन मन जागे हर कीर्तन मन जागे वाहिगुरु हर कीर्तन मन जागे 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 वाहेगुरु हर कीर्तन मन जागे हर कीर्तन मन जागे हर कीर्तन मन जागे ऐसो हमरा गुण निदान दयाल पुरख प्रभ सर्व सुख दयाला गुण निदान दयाल पुरख प्रभ सर्व सुख दयाला मांगे दान नाम तेरो नानक जो माता बाल गोपाला मांगे दान नाम तेरो नानक जो माता बाल गोपाला जो माता बाल गोपाला माता बाल गोपाला ऐसो हमरा मीत ऐसो हमरा मीत ऐसो हमरा मीत ऐसो हमरा मीत है को ऐसो हमरा मीत ऐसो हमरा मीत राजन के राजा महाराजन के महाराजा राजन के राजा महाराजन के महाराजा ऐसो राज छोटे और दूजा कौन त्याइए दूजा कौन त्याइए ऐसो राज छोटे और दूजा कौन त्याइए दूजा कौन
विश्वनाथ बेसंभर वेदनाथ बालाकार बाजीगर बाणकारी बंदन बताई विश्वनाथ बेसंभर वेदनाथ बालाकार बाजीगर बाणकारी बंदन बताई न्यूली कर्म दूता धारी विद्याकार ब्रह्मचारी ध्यान को लगावे ने ध्यान हूं न पाए ध्यान को लगावे ने ध्यान हूं न पाए राजन के राजा महाराजन के महाराजा राजन के राजा महाराजन के महाराजा ऐसो राज छोड़ और दूजा कौन ताइए दूजा कौन ताइए ऐसो राज छोड़ और दूजा कौन ताइए दूजा कौन ताइए राजन के राजा महाराजन के महाराजा राजन के राजा राजन के राजा महाराजन के महाराजा राजन के राजा महाराजन के महाराजा ऐसो राज छोड़ और दूजा कौन ध्याइए राजन के राजा महाराजन के महाराजा राजन के राजा महाराजन के महाराजा ऐसो राज छोड़ियो दूजा कौन ताइए दूजा कौन ताइए ऐसो राज छोड़ियो दूजा कौन ताइए दूजा कौन ताइए दूजा कौन ताइए।